ਨਹੀਂ ਰੁਕ ਜਾ ਉਨਾ ਜ਼ਿਆਦਾ ਚੱਕਰ ਰੋਲ ਇਸ ਜੀ ਚੀਜ਼ ਮੈਂ ਦੇ। ਸਾਹਿਬ ਚੋਣ ਜ਼ਾਬਤਾ ਲੱਗ ਗਿਆ 1 ਜੂਨ ਨੂੰ ਚੋਣਾਂ ਹੋਣੀਆਂ ਨੇ, ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰੀਕੇ ਦੀ ਤਿਆਰੀ ਹੈ ਪੰਜਾਬ ਦੇ ਵਿੱਚ? ਸਭ ਤੋਂ ਪਹਿਲਾਂ ਮੈਂ ਸਾਰੇ ਭਾਰਤ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾਗਾ, ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾਗਾ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਔਰ 7 ਪੜਾਵਾਂ ਦੇ ਵਿੱਚ ਇਲੈਕਸ਼ਨ ਹੋਣੀ ਆ। ਸੋ ਇਸ ਜਿਹੜਾ ਤਿਉਹਾਰ ਆ ਇਹਦੇ ਵਿੱਚ ਸਾਰਿਆਂ ਨੂੰ ਆਪਣਾ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਔਰ ਸ਼ਾਂਤੀਪੂਰਵਕ ਰਹਿ ਕੇ ਸਾਰੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ। ਵੱਖ ਵੱਖ ਸਿਆਸੀ ਪਾਰਟੀਆਂ ਆਪਣਾ ਆਪਣਾ ਏਜੰਡਾ ਲੈ ਕੇ ਆਉਣਗੀਆਂ ਔਰ ਸਾਰਿਆਂ ਨੂੰ ਉਸ ਏਜੰਡੇ ਨੂੰ ਸਿਆਸੀ ਤੌਰ 'ਤੇ ਸਮਝਦੇ ਹੋਏ ਕਿ ਕੀ ਕੰਮ ਹੋਏ ਨੇ ਜਾਂ ਕੀ ਕੰਮ ਹੋ ਰਹੇ ਨੇ ਉਹ ਸਾਰਿਆਂ ਨੂੰ ਸਮਝਦੇ ਉਸ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਆ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਸਮਝ ਤੋਂ ਮੈਂ ਸਮਝਦਾ ਪਿਛਲੇ 10 ਸਾਲਾਂ ਦੇ ਅੰਦਰ ਦੇਸ਼ ਦੇ ਅੰਦਰ ਇਕਲੌਤੀ ਪਾਰਟੀ 10 ਸਾਲਾਂ ਦੇ ਵਿੱਚ ਪੈਦਾ ਹੋਈ ਔਰ ਅੱਜ ਤੀਜੀ ਜਿਹੜੀ ਆ ਦੇਸ਼ ਦੇ ਅੰਦਰ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਆ। ਸੋ ਅਸੀਂ ਆਪਦਾ ਏਜੰਡਾ ਲੈ ਕੇ ਜਾ ਰਹੇ ਹਾਂ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ, ਅਸੀਂ ਬਿਲਕੁਲ ਜੋ ਕੰਮ ਅਸੀਂ 2 ਸਾਲ 'ਚ ਪੰਜਾਬ 'ਚ ਕੀਤੇ ਨੇ, ਜੋ ਕੰਮ ਅਸੀਂ ਦਿੱਲੀ 'ਚ ਕਰ ਰਹੇ ਹਾਂ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਨੇਗੇ, ਉਹ ਅਸੀਂ ਆਪਦਾ ਏਜੰਡਾ ਲੈ ਕੇ ਲੋਕਾਂ 'ਚ ਜਾਵਾਂਗੇ। ਔਰ ਮੈਨੂੰ ਪੂਰਨ ਆਸ ਆ ਕਿ ਬਹੁਤ ਭਾਰੀ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਹੈ। ਸਰ, MP ਚੋਣਾਂ ਨੇ ਦੇਸ਼ ਦੀ ਆਪਾਂ ਜੇਕਰ ਗੱਲ ਕਰੀਏ, CA ਕਾਨੂੰਨ ਆਇਆ ਤਾਂ ਕੇਜਰੀਵਾਲ ਜੀ ਨੇ ਵਿਰੋਧ ਕੀਤਾ ਉਸ ਚੀਜ਼ ਦਾ, ਉਸਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਘੱਟ ਗਿਣਤੀ ਜਿਹੜੇ ਲੋਕ ਸੀ ਉਹ ਦੇਸ਼ 'ਚ ਆਉਣਗੇ, ਕਹਿੰਦੇ ਬੋਝ ਲਊਗਾ? ਦੇਖੋ ਦੇਸ਼ ਦੀ ਆਰਥਿਕਤਾ ਜਿਹੜੀ ਆ ਉਹ ਪਹਿਲਾਂ ਹੀ ਮੈਂ ਸਮਝਦਾ ਡਗਮਗਾ ਚੁੱਕੀ ਆ, ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਡਾਵਾਂਡੋਲ ਆ ਗਈ। ਸੋ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਉਹ ਲੈਣੇ ਚਾਹੀਦੇ ਜਿਹਦੇ ਨਾਲ ਮੈਂ ਸਮਝ ਦੇਸ਼ ਜਿਹੜਾ ਉਹ ਮਜ਼ਬੂਤ ਹੋਵੇ, ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇ। ਸੋ ਇਹਦੀ ਫੈਸਲੇ ਹੋਣੇ ਚਾਹੀਦੇ ਕਿ ਤੁਸੀਂ ਵੋਟਾਂ ਨੂੰ ਮੂਹਰੇ ਰੱਖ ਕੇ ਫੈਸਲੇ ਰੱਖੋ। ਚੰਦ ਦਿਨ ਪਹਿਲਾਂ CAA ਲਾਗੂ ਕਰਨਾ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ ਸਿਰਫ ਵੋਟ ਦਾ ਲਾਹਾ ਲੈਣ ਲਈ ਕਿ ਸੱਤਾ 'ਚ ਕਿਵੇਂ ਰਹਿਣਾ ਇਸ ਤਰ੍ਹਾਂ ਦੇ ਫੈਸਲੇ ਕਰਦੀ ਆ, ਜਦਕਿ ਸੱਤਾ ਵਿੱਚ ਆਇਆ ਨੂੰ ਭਾਰਤੀ ਜਨਤਾ ਪਾਰਟੀ ਤੋਂ 10 ਸਾਲ ਹੋ ਗਏ। 10 ਸਾਲ ਤੋਂ ਬਾਅਦ ਲਾਸਟ ਦੇ ਤੁਸੀਂ ਇਹ ਫੈਸਲਾ ਕਰਦੇ ਹੋ। ਦੂਜੇ ਪਾਸੇ ਆਮ ਆਦਮੀ ਪਾਰਟੀ ਆ, ਅਸੀਂ 2 ਸਾਲ ਪਹਿਲਾਂ ਪੰਜਾਬ ਸੱਤਾ ਵਿੱਚ ਆਏ, 2 ਸਾਲ ਤੋਂ ਪਹਿਲਾਂ ਆਏ ਜਦੋਂ ਅਸੀਂ 3 ਮਹੀਨਿਆਂ 'ਚ ਸਾਡੀ ਵੱਡੀ ਗਰੰਟੀ ਸੀ ਕਿ 300 ਯੂਨਿਟ ਮੁਫਤ ਬਿਜਲੀ ਦੇਣੀ ਆ ਪੰਜਾਬ ਦੇ ਲੋਕਾਂ ਨੂੰ, ਅਸੀਂ 3 ਮਹੀਨਿਆਂ 'ਚ ਕੀਤਾ ਲਾਗੂ। ਸਾਡੀ ਗਰੰਟੀ ਸੀਗੀ ਕਿ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ, 3 ਮਹੀਨਿਆਂ 'ਚ ਅਸੀਂ ਪੰਜਾਬ 'ਚ ਮਹੱਲਾ ਕਲੀਨਿਕ ਸਟਾਰਟ ਕੀਤੇ। ਸਾਡੀ ਗਰੰਟੀ ਸੀ ਕਿ ਸਕੂਲ ਆਫ ਐਮੀਨੈਂਸ ਖੋਲ੍ਹਾਂਗੇ, ਉਹ ਅਸੀਂ ਸਕੂਲ 'ਚ ਖੋਲ੍ਹਣੇ, ਪੰਜਾਬ 'ਚ ਖੋਲ੍ਹਣੇ ਸਟਾਰਟ ਕੀਤੇ। ਸਾਡੀ ਗਰੰਟੀ ਸੀ ਕਿ ਅਸੀਂ ਆਪਣੇ ਜਿਹੜੇ ਸਾਡੇ ਸੈਨਿਕ ਨੇ, ਜਿਹੜੇ ਭਰਾ ਸਾਡੇ ਸੈਨਿਕ ਸਰਹੱਦ ਦੇ ਉੱਤੇ ਜਾਂ ਡਿਊਟੀ ਕਰਦੇ ਸ਼ਹੀਦ ਹੋ ਜਾਂਦੇ, ਅਸੀਂ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇਵਾਂਗੇ। ਇਹ ਵੱਡੇ ਫੈਸਲੇ ਆਮ ਆਦਮੀ ਪਾਰਟੀ ਨੇ ਜਿਹੜਾ ਪਹਿਲੇ 3 ਮਹੀਨੇ 'ਚ ਲਾਗੂ ਕੀਤੇ ਗਏ। ਕਰਪਸ਼ਨ ਦਾ ਖਾਤਮਾ, ਜਿਹੜੀ ਕਰਪਸ਼ਨ ਅਕਾਲੀ ਦਲ, BJP ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਪੈਦਾ ਕੀਤੀ ਸੀ ਉਹਦਾ ਖਾਤਮਾ ਹੋਇਆ। ਪੰਜਾਬ ਵਿੱਚ ਜਿਹੜਾ ਮਾਫੀਆ ਰਾਜ ਸੀਗਾ, ਜਿਹੜਾ ਮਾਫੀਆ ਰਾਜ ਸੀ ਉਹਦਾ ਪੰਜਾਬ ਵਿੱਚੋਂ ਖਾਤਮਾ ਹੋਇਆ। ਪੰਜਾਬ 'ਚੋਂ ਸ਼ਰਾਬ ਦਾ ਮਾਫੀਆ ਖਤਮ ਹੋਇਆ। ਪੰਜਾਬ ਵਿੱਚੋਂ ਜਿਹੜਾ GST ਤੋਂ ਚੋਰੀ ਹੁੰਦੀ ਸੀ ਉਹ ਖਤਮ ਹੋਈ। ਦੇਸ਼ ਦੇ ਅੰਦਰ ਸਾਡੀ ਜਿਹੜੀ ਨੈਸ਼ਨਲ ਗਰੋਥ ਆ GST ਦੇ ਅੰਦਰ ਉਹ 11% ਆ, ਅੱਜ ਪੰਜਾਬ 15% ਕ੍ਰੋਸ ਕਰ ਗਿਆ। ਇਹਦਾ ਮਤਲਬ ਕਿ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ। ਐਕਸਾਈਜ਼ ਦਾ ਮਾਲੀਆ ਜਿਹੜਾ ਪਹਿਲਾਂ 6,000 ਕਰੋੜ ਰੁਪਇਆ ਸੀ ਸਾਲਾਨਾ, ਉਹ ਅੱਜ ਵੱਧ ਕੇ 10,000 ਕਰੋੜ ਰੁਪਇਆ ਹੋ ਗਿਆ। ਇਹ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਆ। ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਅੰਦਰ 42,000 ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਅੱਜ ਤੁਹਾਡੇ ਸਾਹਮਣੇ ਖੜੀ ਆ। ਆਮ ਆਦਮੀ ਪਾਰਟੀ ਨੇ 12,000 ਅਧਿਆਪਕਾਂ ਨੂੰ ਪੱਕੇ ਕਰਕੇ ਅੱਜ ਤੁਹਾਡੇ ਕਟਹਿਰੇ 'ਚ ਖੜੀ ਆ। ਸੋ ਬਿਲਕੁਲ ਜੇ ਅਸੀਂ ਕੰਮ ਕੀਤੇ ਨੇ ਉਹਦੇ ਆਧਾਰ 'ਤੇ ਅਸੀਂ ਵੋਟਾਂ ਮੰਗ ਰਹੇ ਹਾਂ। ਸਰ, ਜੇਕਰ ਫੰਡ ਦੀ ਗੱਲ ਕਰੀਏ ਤਾਂ ਲਿਸਟ ਆਈ ਹੈ ਜਿਸ ਦੇ ਵਿੱਚ ਜਿੱਥੇ ED ਦਾ ਰੇੜਾਂ ਹੋਈਆਂ, ਜ਼ਿਆਦਾਤਰ ਨੈਸ਼ਨਲ ਪਾਰਟੀਆਂ ਨੂੰ ਉੱਥੇ ਫੰਡ ਦਿੱਤੇ ਗਏ, ਕਈ ਕੰਪਨੀਆਂ ਨੇ। ਬਿਲਕੁਲ, ਉਹ ਬਹੁਤ ਸਾਰੀਆਂ ਜਿਹੜੀਆਂ ਆਪਣੀ ਕੰਪਨੀਜ਼ ਨੇਗੀਆਂ ਉਹ ਵੱਖ ਵੱਖ ਪਾਰਟੀਆਂ ਨੂੰ ਫੰਡ ਦਿੰਦੀਆਂ ਨੇਗੀਆਂ। ਉਹ ਜੋ ਮਾਪਦੰਡ ਇਲੈਕਸ਼ਨ ਕਮਿਸ਼ਨ ਨੇ ਤੈਅ ਕੀਤੇ ਨੇ ਉਸ ਹਿਸਾਬ ਨਾਲ ਮਿਲੇ ਨੇ, ਪਰ ਲੇਕਿਨ ਮੈਂ ਸਮਝਦਾ ਵੱਡੀ ਰਾਜਨੀਤਿਕ ਪਾਰਟੀ ਨੂੰ ਜਿਹੜੀ ਦੇਸ਼ ਦੇ ਅੰਦਰ ਰਾਜ ਕੀਤੀ ਆ ਉਹਨੂੰ ਜ਼ਿਆਦਾ ਫੰਡਾਂ ਦਾ ਜਾਣਾ, ਇੱਕ ਤਰਫਾ ਫੰਡਾਂ ਦਾ ਜਾਣਾ, ਮੈਂ ਸਮਝਦਾ ਕਿਤੇ ਨਾ ਕਿਤੇ ਸਾਡੀ ਦੇਸ਼ ਦੇ ਅੰਦਰ ED ਦਾ, CBI ਦਾ ਦੁਰਉਪਯੋਗ ਕਰਕੇ ਵੱਡੇ ਵੱਡੇ ਉਦਯੋਗਪਤੀਆਂ ਨੂੰ ਡਰਾ ਕੇ, ਪੂੰਜੀਪਤੀਆਂ ਨੂੰ ਡਰਾ ਕੇ, ਉਹਨਾਂ ਦੀ ਬਾਂਹ ਮਰੋੜ ਕੇ ਜਿਹੜਾ ਇਹ ਫੰਡ ਲਏ ਜਾ ਰਹੇ ਨੇ।
ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਜੀ ਤੋਂ ਬਹੁਤ ਘਬਰਾਉਂਦੀ ਆ। ਦੇਸ਼ ਦੇ ਅੰਦਰ ਇੱਕੋ ਇੱਕ ਨੇਤਾ ਨੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਘੇਰਦੇ ਨੇਗੇ। ਭਾਰਤੀ ਜਨਤਾ ਪਾਰਟੀ ਹਮੇਸ਼ਾ ਅਰਵਿੰਦ ਕੇਜਰੀਵਾਲ ਜੀ ਤੋਂ ਡਰਦੀ ਆ, ਇਸੇ ਕਰਕੇ ਕਦੇ ਈਡੀ ਦਾ ਪ੍ਰਯੋਗ ਕਰਦੀ ਹੈ, ਦੁਰਉਪਯੋਗ ਕਰਦੀ ਆ, ਕਦੇ ਮੈਂ ਸਮਝਦਾ CBI ਦਾ ਦੁਰਉਪਯੋਗ ਕਰਦੀ ਆ। ਅੱਜ ਮਾਨਯੋਗ ਅਦਾਲਤ ਨੇ ਜਿਹੜਾ ਸਟੇਅ ਦਿੱਤਾ ਗਿਆ, ਬਹੁਤ ਵੱਡੀ ਮੈਂ ਸਮਝਦਾ ਇੱਕ ਰਾਹਤ ਆ ਸਾਡੇ ਲਈ। ਇੱਥੋਂ ਪਤਾ ਲੱਗਦਾ ਦੇਸ਼ ਦੇ ਅੰਦਰ ਕਾਨੂੰਨ ਦੇ ਰਾਖੇ ਹੈ ਹਜੇ ਵੀ ਹੈਗੇ ਨੇਗੇ। ਦੇਸ਼ ਦਾ ਜੇਕਰ ਕੋਈ ਕਾਨੂੰਨ ਤੋੜਦਾ ਗਾ ਤਾਂ ਉਹਦੇ ਖਿਲਾਫ ਅਦਾਲਤਾਂ ਅੱਜ ਵੀ ਜਿਹੜਾ ਹੈਗਾ ਉਹ ਬਹੁਤ ਸ਼ਾਨਦਾਰ ਅਤੇ ਅੱਛੇ ਫੈਸਲੇ ਕਰਦੀਆਂ ਨੇ। ਸਰ, ਪੰਜਾਬ ਦੇ ਵਿੱਚ 5 ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਗਈ, ਕੀ ਸੋਚਦੇ ਨਹੀਂ ਹੈਗੇ ਵੀ ਜਿਹੜੇ ਹੋਰਾਂ ਨੂੰ ਵੀ ਟਿਕਟ ਦਿੱਤੀ ਜਾ ਸਕੇ, ਵੀ ਮੰਤਰੀਆਂ ਨੂੰ ਵੀ ਕਿਉਂ ਟਿਕਟ ਦਿੱਤੀ ਗਈ? ਪਹਿਲਾਂ ਹੀ ਮੰਤਰੀ ਦੇਖੋ ਗੱਲ 5 ਦੀ ਨਹੀਂ ਹੈਗੀ, ਪੰਜਾਬ ਦੇ ਅੰਦਰ 13 ਲੋਕ ਸਭਾ ਦੀਆਂ ਇਲੈਕਸ਼ਨਾਂ ਆਉਣਗੀਆਂ। ਪਹਿਲਾਂ ਵੀ ਅਸੀਂ ਪੰਜਾਬ 'ਚ 117 ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਪੰਜਾਬ ਦੀ ਇਲੈਕਸ਼ਨ ਲੜਾਈ ਸੀ, ਜਿਸ 'ਚੋਂ 92 ਵਿਧਾਇਕ ਜਿਹੜੇ ਨੇਗੇ ਉਹ ਪੰਜਾਬ ਦੀ ਅਸੈਂਬਲੀ 'ਚ ਪਹੁੰਚੇ ਸੀਗੇ। ਉਹਨਾਂ 92 'ਚੋਂ ਅਸੀਂ 5 ਨੂੰ ਉਤਾਰਿਆ ਹੈਗਾ, ਸੋ 5 ਤੋਂ ਬਿਨਾਂ 3 ਹੋਰ ਵੀ ਜਿਹੜੇ ਅਸੀਂ ਉਤਾਰੇ ਨੇਗੇ, 5 ਹਜੇ ਹੋਰ ਉਤਾਰਨੇ ਨੇਗੇ। ਇਹ ਸਾਰੇ ਆਮ ਲੋਕ ਨੇਗੇ, ਇਹ ਵੱਡੇ ਵੱਡੇ ਘਰਾਂ ਤੋਂ ਨਹੀਂ ਆਉਂਦੇ, ਸਾਰੇ ਇਹ ਆਮ ਲੋਕਾਂ ਦੇ ਘਰਾਂ ਦੇ ਮੁੰਡੇ ਪੁੱਤਰ ਧੀਆਂ ਪੁੱਤਰ ਪਾਰਟੀਆਂ ਤੋਂ ਲੈ ਕੇ ਆਪਾਂ ਕੈਂਡੀਡੇਟ ਲੜਾ ਰਹੇ ਹਾਂ ਵੀ ਆਪਣੀ ਪਾਰਟੀ ਦੇ ਵਿੱਚ ਹੈ ਨਹੀਂ ਬੰਦੇ? ਦੇਖੋ ਸਾਡੀ ਪਾਰਟੀ 'ਚ ਬਹੁਤ ਸਾਰੇ ਯੋਗ ਨੌਜਵਾਨ ਨੇ ਔਰ ਦੂਜੀ ਪਾਰਟੀਆਂ ਦੇ ਬਹੁਤ ਸਾਰੇ ਲੋਕ ਸਾਡੀ ਪਾਰਟੀ 'ਚ ਆਮ ਆਦਮੀ ਪਾਰਟੀ 'ਚ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਏਜੰਡਾ ਬੜਾ ਅੱਛਾ ਹੈਗਾ। ਆਮ ਆਦਮੀ ਪਾਰਟੀ ਲੋਕਾਂ ਲਈ ਕੰਮ ਕਰ ਰਹੀ ਆ, ਆਮ ਆਦਮੀ ਪਾਰਟੀ ਜਿਹੜੀ ਆ ਉਹ ਜੋ ਗਰੰਟੀਆਂ ਜੋ ਵਾਅਦੇ ਕਰਦੀ ਉਹ 100% ਪੂਰੇ ਕਰਦੇ। ਸੋ ਸਾਡੀ ਪਾਰਟੀ ਦੇ ਸਰਕਾਰ ਤੋਂ, ਸਾਡੀ ਪਾਰਟੀ ਦੀ ਸਰਕਾਰ ਤੋਂ ਜਿਹੜਾ ਲੋਕ ਪ੍ਰਭਾਵਿਤ ਹੋ ਕੇ ਸਾਡੇ ਸ਼ਾਮਿਲ ਹੋ ਰਹੇ ਨੇ।